ਤਾਂ ਸਵਾਗਤ ਹੈ ਵੀ ਨਵੇਂ ਵਲੌਗ 'ਚ, ਅਤੇ ਸੀਨ ਤੁਹਾਡੇ ਸਾਹਮਣੇ ਹੀ ਹੈ, ਵੇਖ ਲਓ। ਮੈਂ ਕਿਹਾ ਪਹਿਲਾਂ ਕੰਮ ਨਿਬੇੜੀਏ। ਅੱਜ ਗੱਟੇ ਥੋੜ੍ਹੇ ਹੀ ਨੇ, ਵੈਸੇ ਤਾਂ 20 25 ਹੋਈ ਨੇ, ਬਾਕੀ ਚਲੋ ਅਜੇ ਤੋੜਨੇ ਆ, ਦੇਖੋ ਅੱਜ ਲੱਗਦੇ ਆ ਕਿ ਨਹੀਂ। ਚਲੋ ਛੇਤੀ ਛੇਤੀ ਇਹ ਨਿਬੇੜਦਾ ਮੈਂ ਕੰਮ ਪਹਿਲਾਂ, ਅਤੇ ਫਿਰ ਚੱਲਦੇ ਹਾਂ ਆਪਾਂ ਘਰੇ, ਠੀਕ ਹੈ। ਅੱਜ ਜ਼ਿਆਦਾ ਕੰਮ ਆਪਣੇ ਸੈਟਅਪ 'ਚ ਕਰਾਂਗੇ, ਨਹੀਂ ਸੱਚ ਉਹ ਪੈਲੀ ਪਾਉਣੀ ਹੈ, ਪਰਲਾ ਕਿੱਲਾ ਵੀ ਪਾਉਣਾ ਹੈ। ਚਲੋ ਕੋਈ ਨਹੀਂ, ਉਹ ਵਾਹ ਕੇ ਅਤੇ ਉਦੋਂ ਬਾਅਦ ਫਿਰ ਚੱਲਦੇ ਹਾਂ ਆਪਣੇ ਸੈਟਅਪ 'ਚ। ਲਓ ਵੀ ਮੁੰਡਿਓ ਸੀਨ ਇੱਦਾਂ ਹੈ ਕਿ ਆਹ ਦੇਖੋ ਤੁਸੀਂ, ਮਟਰ ਤਾਂ ਦਿੱਤੇ ਸੀ ਲੱਦ, ਆਪਾਂ ਟਰਾਲੀ ਮੈਂ ਉੱਥੇ ਲਾ ਆਇਆ ਇੱਕ ਵਾਰੀ, ਕਿਉਂਕਿ ਆਪਾਂ ਤਵੀਆਂ ਮਾਰਨੀਆਂ, ਇਸ ਕਰਕੇ ਟਰੈਕਟਰ ਲਿਆ ਸੀ ਘਰੇ। ਫਿਲਹਾਲ ਅਜੇ ਅੱਧਾ ਘੰਟਾ ਰੁਕਾਂਗੇ, ਉਹਨਾਂ ਥਾਂ ਗਿੱਲਾ ਹਜੇ, ਅਤੇ ਟਰੈਕਟਰ ਸਲਿੱਪ ਮਾਰੂਗਾ, ਅਤੇ ਉਹਨਾਂ ਚਿਰ ਮੈਂ ਸੋਚਿਆ ਚਲੋ ਇੱਧਰ ਕੰਮ ਕਰ ਲੈਂਦੇ ਹਾਂ, ਫੀਟਿੰਗ ਵਗੈਰਾ ਨਾ ਦੇਖਣੀ ਹੈ। ਕਾਫੀ ਕੁਛ ਹਜੇ ਇਹਦੇ 'ਤੇ ਐਕਸਪੈਰੀਮੈਂਟ ਹੋਣੇ ਨੇ, ਜਿੰਨਾ ਈਜ਼ੀ ਲੱਗਦਾ ਉਨਾ ਈਜ਼ੀ ਬਣਨਾ ਨਹੀਂ ਗਾ, ਠੀਕ ਹੈ। ਅਤੇ ਚਲਾ ਕੇ ਦਿਓ ਸਾਡਾ, ਅੱਜ ਵੇਖ ਲਈਏ ਆਪਾਂ ਬਾਰਿੰਗ ਦੀ ਟੈਸਟਿੰਗ ਕਰ ਲਈਏ, ਇਹਦੀ ਮੋਟਰ ਦੀ ਪਾਵਰ ਕਿੰਨੀ ਕੁ ਹੈ। ਬਾਕੀ ਨਾ ਜਿੱਦਾਂ ਧਿਆਨ ਨਾਲ ਦੇਖੋ, ਅਲਾਈਨਮੈਂਟ ਥੋੜ੍ਹੀ ਜਿਹੀ ਆਊਟ ਹੈ, ਜਿਵੇਂ ਪਿਛਲਾ ਜਿਹੜਾ ਹਿੱਸਾ ਹੈ ਉਹ ਥੋੜ੍ਹਾ ਟੇਢਾ ਹੈ, ਕਿਉਂਕਿ ਮੋਡਲ ਹੀ ਇੱਦਾਂ ਦਾ ਵੀ ਮੋਡਲ ਇਹ ਬਿਲਕੁਲ ਪਰਫੈਕਟ ਨਹੀਂ ਗਾ, ਵੀ ਕਿਤੋਂ ਟੇਢਾ ਮੇਢਾ ਹੈਗਾ ਮਾੜਾ ਮੋਟਾ, ਅਤੇ ਉਹਦੀ ਸੈਟਿੰਗ ਕਰਨੀ ਪੈਣੀ ਪ੍ਰੋਪਰ, ਮਡਗਾਰਡ ਵਗੈਰਾ ਪ੍ਰੋਪਰ ਸੈੱਟ ਲੱਗਣ। ਆ ਮਡਗਾਰਡ ਦਾ ਵੀ ਜੇ ਤੁਸੀਂ ਹਿਸਾਬ ਲਾਓਗੇ ਨਾ, ਮੋਡਲ ਦਾ ਵੇਖੋ, ਜੇ ਹੁਣ ਇੱਥੇ ਆਪਾਂ ਟਾਇਰ ਵੱਡੇ ਪਾ ਦਿੰਦੇ ਹਾਂ, ਅਤੇ ਆਹ ਜਿਹੜੇ ਟਾਇਰ ਨੇ ਇਹ ਅਗਲੇ ਮਡਗਾਰਡ ਨਾਲ ਲੱਗਣਗੇ, ਮਡਗਾਰਡ ਸੈਂਟਰ 'ਚ ਹੈ ਹੀ ਨਹੀਂ ਗਾ। ਆਹ ਦੇਖ ਲਓ, ਓਰੀਜਨਲ ਮੋਡਲ ਦਾ ਹੀ ਮਡਗਾਰਡ ਸੈਂਟਰ 'ਚ ਨਹੀਂ ਗਾ। ਬਾਕੀ ਅੱਜ ਗੇਅਰ ਬੋਕਸ ਦੀ ਟੈਸਟਿੰਗ ਵਗੈਰਾ ਕਰ ਲੈਣੀ ਆਪਾਂ ਸ਼ਾਮ ਜੀ ਨੂੰ, ਠੀਕ ਹੈ। ਅਤੇ ਉਸ ਦੇ ਨਾਲ ਆਪਣੇ ਇਸ ਵਾਲੇ ਮੋਡਲ ਨੇ ਉਹ ਵੀ ਕੱਢੀਏ, ਕਿਉਂਕਿ ਇਸ 'ਤੇ ਵੀ ਕੰਮ ਸ਼ੁਰੂ ਕਰਨਾ ਹੈ, ਉਹਦੇ ਜਿਵੇਂ ਜਿਹਾ ਦੇਖਣਾ ਪੈਣਾ ਸੈਟਿੰਗ ਬੜਾ ਕੁਛ, ਕਿਉਂਕਿ ਆਪਾਂ ਸਾਹਮਣੋਂ ਸਸਤਾ ਬਣਾਉਣਾ, ਅਤੇ ਸੇਮ ਆ ਗੇਅਰ ਬੋਕਸ ਵੀ ਨਹੀਂ ਲਾ ਸਕਦੇ ਜਿਹੜਾ ਮਹਿੰਦਰੇ 'ਚ ਲੱਗਾ ਹੋਇਆ, ਉਹਦੇ ਸਭ ਕੁਛ ਹੀ ਚੇਂਜ ਹੋਊਗਾ, ਠੀਕ ਹੈ। ਜਿੰਨਾ ਈਜ਼ੀ ਤੋਂ ਈਜ਼ੀ ਬਣਾ ਸਕਿਆ ਬਣਾਵਾਂਗਾ ਮੈਂ, ਉਹਦੇ 'ਤੇ ਹੋ ਸਕਦਾ ਅੱਜ ਕੰਮ ਨਾ ਸ਼ੁਰੂ ਹੋਵੇ, ਅੱਜ ਡੱਬਾ ਖੋਲ੍ਹ ਦਾਂਗੇ ਵੈਸੇ, ਪਰ ਕੰਮ ਹੋ ਸਕਦਾ ਕੱਲ੍ਹ ਸ਼ੁਰੂ ਹੋਵੇ, ਠੀਕ ਹੈ। ਅਤੇ ਇੱਧਰ ਮੈਂ ਵਲੌਗ ਅਪਲੋਡ ਕਰਨਾ, ਉਹ ਕਰਦਾ ਵਾਂ, ਠੀਕ ਹੈ। ਉਦੋਂ ਬਾਅਦ ਫਿਰ ਚੱਲਾਂਗੇ ਥੱਲੇ ਆਪਣੇ ਟਰੈਕਟਰ ਕੋਲ, ਤਵੀਆਂ ਮਾਰਦੇ ਹਾਂ, ਅਤੇ ਨਾਲੇ ਨਾਉਂਦਾ ਥੋੜ੍ਹਾ ਜਿਹਾ ਡੀਜ਼ਲ ਵਧਾਉਣਾ ਹੈ, ਅਤੇ ਉਹਦੇ ਵਾਸਤੇ ਵੀ ਸਮਾਨ ਚੱਕ ਲਈਏ ਜਿਹੜਾ ਜਿਹੜਾ ਚਾਹੀਦਾ। ਪਹਿਲਾਂ ਨਾ ਡੀਜ਼ਲ ਘਟਾ ਤਾ ਸੀ, ਅਤੇ ਟਰੈਕਟਰ ਨਾਲ ਚੱਕਰ ਬਹੁਤ ਤੋੜਦਾ ਹੁਣ, ਅਤੇ ਦੱਬਦਾ ਵੀ ਹੈ, ਇਸ ਕਰਕੇ ਨਾ ਡੀਜ਼ਲ ਉਹਦਾ ਫਿਰ ਵਧਾਉਂਦੇ ਹਾਂ। ਟਾਈਮ ਟੂ ਟਾਈਮ ਪੈਲੀ ਬਾਈ, ਅਤੇ ਉੱਧਰੋਂ ਮੀਂਹ ਸ਼ੁਰੂ ਹੋ ਗਿਆ, ਅਤੇ ਰਾਤ ਮਟਰ ਵੀ ਭਰਦੇ ਆ, ਤਕੜਾ ਹੀ ਕੰਮ ਹੈ। ਚਲੋ ਫਿਲਹਾਲ ਆਪਾਂ ਚੱਲੀਏ ਘਰੇ, ਬੱਦਲ ਬਣਿਆ ਹੋਇਆ ਪੂਰਾ। ਆਹ ਦੇਖੋ ਤੁਸੀਂ, ਲੁੱਕ ਚੈੱਕ ਕਰੋ ਸਵਰਾਜ ਦੀ, ਲੁੱਕ ਤਾਂ ਸੇਮ ਹੀ ਹੈ, ਕੋਈ ਜ਼ਿਆਦਾ ਫਰਕ ਹੈ ਨਹੀਂ ਗਾ। ਬਸ ਮੈਂ ਟੈਸਟਿੰਗ ਹੀ ਕਰਨ ਲਿਆ ਸੀਗਾ ਕਿ ਏਅਰਬੋਕਸ ਕਿੱਦਾਂ ਹੈ, ਕਿੱਦਾਂ ਦਾ ਵਰਕ ਕਰੂਗਾ, ਕੀ ਸੀਨ ਹੈ, ਕਟਾਈ ਕਟੂਈ ਕਿਵੇਂ ਆ। ਇਹ ਹੁਣੇ ਉਹ ਚੱਲੀ ਸੀ ਕਟਾਈ, ਕਟਾਈ ਹਜੇ ਲੱਗਣੀ ਹੈ, ਸਟੇਅਰਿੰਗ ਸਿਸਟਮ ਸਾਨੂੰ ਜ਼ਿਆਦਾ ਟਾਈਮ ਖਾਂਦਾ ਇਹਦਾ, ਅਤੇ ਸਟੇਅਰਿੰਗ ਸਿਸਟਮ 'ਤੇ ਹਜੇ ਕੰਮ ਹੋਣਾ ਹੈ। ਬਾਕੀ ਓਵਰਆਲ ਠੀਕ ਹੈ ਗੇਅਰ ਬੋਕਸ, ਪਰ ਨਾ ਮੈਨੂੰ ਗੇਅਰ ਬੋਕਸ 'ਚ ਪਾਵਰ ਘੱਟ ਲੱਗਣ ਦੀ ਹੈ, ਠੀਕ ਹੈ। ਇਹ ਜਿਹੜਾ ਗੇਅਰ ਬੋਕਸ ਹੈ ਨਾ, ਇਹ ਆਪਾਂ ਯੂਜ਼ ਕਰਾਂਗੇ ਆਪਣੇ ਏਸ ਟਰੈਕਟਰ 'ਚ,
ਕਿਉਂਕਿ ਉਹ ਆਪਾਂ ਸਭ ਨਾਲੋਂ ਜਿੱਦਾਂ ਸਸਤਾ ਟਰੈਕਟਰ ਬਣਾਉਣਾ ਤਾਂ ਉਹਦੇ ਵਿੱਚ ਆਪਾਂ ਮੋਡੀਫਿਕੇਸ਼ਨਾਂ ਜ਼ਿਆਦੀਆਂ ਕਰ ਨਹੀਂ ਸਕਦੇ, ਠੀਕ ਹੈ। ਪਰ ਆਹ ਜਿਹੜਾ ਟਰੈਕਟਰ ਹੈ ਮੈਂ ਸੋਚਣਿਆ ਕਿ ਇਹਦਾ ਗੇਅਰ ਬੋਕਸ ਥੋੜ੍ਹਾ ਜਿਹਾ ਅਪਗ੍ਰੇਡ ਕਰਾਂ ਮੈਂ ਇਦੋਂ ਵੀ ਜ਼ਿਆਦਾ, ਠੀਕ ਹੈ। ਅਤੇ ਉਹਦੇ ਲਈ ਕੋਈ ਚੀਜ਼ਾਂ ਚਾਹੀਦੀਆਂ ਨੇ, ਉਹ ਮੈਂ ਦੇਖਦਾ ਐਮਾਜ਼ੋਨ 'ਤੇ ਲੱਭਦਾ ਹੁਣ ਕੋਈ ਸਮਾਨ ਇੱਦਾਂ ਦਾ ਜਿਹਦੇ ਨਾਲ ਗੇਅਰ ਬੋਕਸ ਅਪਗ੍ਰੇਡ ਹੋਊਗਾ। ਇੱਕ ਚੀਜ਼ ਹੋਰ ਹੈ ਇਹਦੇ ਵਿੱਚ ਨਾ, ਜਿਹੜੀ ਹੁਣ ਮੈਂ ਮੌਕੇ 'ਤੇ ਸ਼ਾਫਟ ਯੂਜ਼ ਕਰਨ ਆ, ਇਹ ਸ਼ਾਫਟ ਦੇ ਵਿੱਚ ਪਲੇ ਹੈ, ਇਹ ਆ ਦੇਖੋ ਧਿਆਨ ਨਾਲ, ਇੰਨਾ ਨੱਚਣ ਦਿਆ ਟਰੈਕਟਰ। ਅਤੇ ਇਹਦਾ ਵੀ ਹੱਲ ਕਰਨਾ ਪੈਣਾ ਕੋਈ, ਇਹ ਆਪਣਾ ਟੈਸਟਿੰਗ ਵਾਲਾ ਟਰੈਕਟਰ ਹੈ ਇਸ ਕਰਕੇ ਇਹਦੇ ਤਾਂ ਆਪਾਂ ਜਿਵੇਂ ਮਰਜ਼ੀ ਐਕਸਪੈਰੀਮੈਂਟ ਕਰ ਸਕਦੇ ਹਾਂ। ਪਰ ਜਿਹੜਾ ਆਪਾਂ ਬਣਾਉਣਾ ਟਰੈਕਟਰ ਸੇਲ ਵਾਸਤੇ ਫਸਟ ਆਖੜਾ ਹੋਇਆ ਇਹਦੇ 'ਤੇ, ਫਿਰ ਐਂ ਪੂਰਾ ਆਰਾਮ ਨਾਲ ਕੰਮ ਕਰਾਂਗੇ, ਠੀਕ ਹੈ। ਹੋ ਸਕਦਾ 3-4 ਦਿਨ ਲੱਗ ਜਾਣ, ਹਜੇ 3-4 ਦਿਨ ਮੈਂ ਇਹਦੇ 'ਤੇ ਐਕਸਪੈਰੀਮੈਂਟ ਕਰਾਂਗਾ, ਇਹਦਾ ਗੇਅਰ ਬੋਕਸ ਵੀ ਅਪਗ੍ਰੇਡ ਕਰਾਂਗਾ, ਟੈਸਟਿੰਗ ਵੀ ਕਰਾਂਗਾ, ਠੀਕ ਹੈ। ਇੱਕ ਟਰੈਕਟਰ ਆਪਾਂ ਟੈਸਟਿੰਗ ਵਾਸਤੇ ਰੱਖਿਆ, ਜਦੋਂ ਪੂਰੀ ਟੈਸਟਿੰਗ ਹੋ ਗਈ ਪਤਾ ਲੱਗ ਗਿਆ ਕਿ ਆਹ ਚੀਜ਼ਾਂ ਯੂਜ਼ ਕਰਨੀਆਂ ਨੇ, ਇੱਦਾਂ ਇੱਦਾਂ ਪਾਵਰ ਆਊਗੀ, ਠੀਕ ਹੈ, ਵੀ ਗੇਅਰ ਬੋਕਸ 'ਤੇ ਇੰਨੀ ਕੁ ਪਾਵਰ ਹੈ, ਟਰੈਕਟਰ 'ਤੇ ਇੰਨੀ ਕੁ ਸਪੀਡ ਹੈ। ਅਤੇ ਉਹਦੇ ਵਿੱਚ ਵੀ ਨਾ ਹਜੇ ਪਤਾ ਕਰਨਾ ਵੈਸੇ ਗੇਅਰ ਬੋਕਸ ਦਾ, ਕਿਉਂਕਿ ਇੱਕ ਟਰੈਕਟਰ ਦਾ ਐਡਵਾਂਸ ਆਇਆ ਹੋਇਆ ਅਤੇ ਪਰ ਉਹਨੂੰ ਇਹ ਨਹੀਂ ਪੁੱਛਿਆ ਕਿ ਗੇਅਰ ਬੋਕਸ ਪਾਵਰ ਵਾਲਾ ਚਾਹੀਦਾ ਕਿ ਸਪੀਡ ਵਾਲਾ ਚਾਹੀਦਾ। ਜੇ ਤਾਂ ਸਪੀਡ ਵਾਲਾ ਚਾਹੀਦਾ ਹੋਇਆ ਫਿਰ ਤਾਂ ਇਹਦੇ 'ਚ ਹੋਰ ਮੋਡੀਫਿਕੇਸ਼ਨਾਂ ਕਰਨੀਆਂ ਪੈਣੀਆਂ, ਫਿਰ ਇਸ ਤਰੀਕੇ ਨਾਲ ਨਹੀਂ ਬਣਨਾ ਜਿਵੇਂ ਆਪਣਾ ਆਹ ਸਵਰਾਜ ਬਣਿਆ ਹੋਇਆ। ਅਤੇ ਫਿਰ ਆਪਾਂ ਨੂੰ ਸੇਮ ਜਿਵੇਂ 8-11 ਬਣਾਇਆ ਨਾ, ਉਵੇਂ ਹੀ ਇਹ ਵੀ ਬਣਾਉਣਾ ਪੈਣਾ ਸਵਰਾਜ। ਚਲੋ ਕੋਈ ਨਹੀਂ, ਉਹ ਦੇਖ ਲਵਾਂਗੇ ਫਿਰ ਅੱਗੇ ਆਉਣ ਵਾਲੇ ਟਾਈਮ 'ਚ ਕੀ ਬਣਦਾ, ਠੀਕ ਹੈ। ਉਹ ਮੈਂ ਪੁੱਛਾਂਗਾ ਕਿ ਸਪੀਡ ਵਾਲਾ ਗੇਅਰ ਬੋਕਸ ਚਾਹੀਦਾ ਕਿ ਪਾਵਰ ਵਾਲਾ। ਫਿਲਹਾਲ ਹੁਣ ਮੈਂ ਇੱਕ ਵਾਰੀ ਨਾ ਇਹਦੇ ਮਿਊਜ਼ਿਕ ਸਿਸਟਮ 'ਤੇ ਕੰਮ ਸ਼ੁਰੂ ਕਰਦਾ ਵਾਂ। ਆਹ ਦੇਖੋ ਪੁਰਾਣਾ ਮਿਊਜ਼ਿਕ ਸਿਸਟਮ ਜਿਹੜਾ ਆਪਾਂ 8-11 ਯੂਜ਼ ਕਰਦੇ ਹਾਂ, ਅਤੇ ਮੈਂ ਕੋਸ਼ਿਸ਼ ਕਰਦੇ ਹਾਂ ਕਿ ਇਹਦੇ ਨਾਲ ਦਾ ਹੀ ਬਣਾਵਾਂ ਸਿਸਟਮ। ਪਰ ਨਾ ਆਹ ਜਿਹੜਾ ਸਵਰਾਜ ਹੈ ਇਹਨੂੰ ਆਪਾਂ ਸਿਸਟਮ ਲਾਉਣਾ ਥੋੜ੍ਹਾ ਜਿਹਾ ਉੱਚਾ, ਠੀਕ ਹੈ। ਲੁੱਕ ਚੈੱਕ ਕਰਨੀ ਟਰੈਕਟਰ ਦੀ ਕਿੱਦਾਂ ਦੀ ਆਊਗੀ, ਫਿਰ ਹੋ ਸਕਦਾ ਮੈਂ ਸਾਰੇ ਟਰੈਕਟਰਾਂ 'ਤੇ ਹੀ ਮਿਊਜ਼ਿਕ ਸਿਸਟਮ ਯੂ ਪਾਈਪ ਵੱਡੀ ਹੀ ਲਾਵਾਂ ਸਵਰਾਜ 'ਤੇ। ਮੈਂ ਚਲੋ ਅੱਗੇ ਦੇਖ ਲਵਾਂਗੇ ਆਪਾਂ, ਟਾਈਮ ਦੱਸੂਗਾ ਕੀ ਬਣਦਾ। ਫਿਲਹਾਲ ਤਾਂ ਹਜੇ ਟੈਸਟਿੰਗ ਵਗੈਰਾ ਹੋਣੀ ਹੈ, ਆਪਣਾ 8-11 ਵੀ ਨਹੀਂ ਹਜੇ ਬਣਿਆ। ਚਲੋ ਕੋਈ ਨਹੀਂ, ਦੇਖਦੇ ਹਾਂ। ਫਿਲਹਾਲ ਮੈਂ ਨਾ ਇਸੇ ਗੇਅਰ ਬੋਕਸ 'ਤੇ ਟੈਸਟਿੰਗ ਕਰਦਾ ਅੱਜ ਸ਼ਾਮ ਨੂੰ ਨਾ। ਲਓ ਵੀ ਮੁੰਡਿਓ, ਮੌਕੇ 'ਤੇ ਲੇਟੈਸਟ ਅਪਡੇਟ ਕੁਛ ਇੱਦਾਂ ਹੈ ਕਿ ਸਵਰਾਜ ਜਿੰਨਾ ਸੌਖਾ ਸੋਚਿਆ ਸੀ ਨਾ ਬਣੂਗਾ, ਉਨਾ ਸੌਖਾ ਬਣ ਨਹੀਂ ਦਿਆ ਏ, ਕਿਉਂਕਿ ਨਾ ਇਹਦਾ ਡਿਜ਼ਾਇਨ ਹੀ ਇੱਦਾਂ ਦਾ ਏ, ਸਿਸਟਮ ਜਿਹਾ ਆਊਟ ਹੋਇਆ ਪਿਆ ਸਾਰਾ ਹੀ। ਵੀ ਜੇ ਮੈਂ ਓਰੀਜਨਲ ਡਿਜ਼ਾਇਨ ਰੱਖਦਾ ਵਾਂ ਤਾਂ ਫਿਰ ਟਰੈਕਟਰ ਦੀ ਲੁੱਕ ਨਹੀਂ ਵਧੀਆ ਆਉਂਦੀ, ਅਤੇ ਵਿੱਚ ਮੋਡੀਫਿਕੇਸ਼ਨ ਆਪਾਂ ਨੂੰ ਕਰਨੀਆਂ ਹੀ ਪੈਂਦੀਆਂ ਨੇ। ਅਤੇ ਜੇ ਉਹ ਮੋਡੀਫਿਕੇਸ਼ਨਾਂ ਕਰਦਾ ਮੈਂ ਤਾਂ ਫਿਰ ਇਹਨੂੰ ਬਣਨ 'ਚ ਟਾਈਮ ਬਹੁਤ ਜ਼ਿਆਦਾ ਲੱਗਦਾ। ਬੜੇ ਪਾਰਟਸ ਇਹਦੇ ਜਿੱਦਾਂ ਦੇ ਨੇ ਜਿਹੜੇ ਡਿਜ਼ਾਇਨ ਕਰਕੇ ਪ੍ਰਿੰਟ ਕਰਨੇ ਪੈਣਗੇ ਸਾਰੇ ਹੀ। ਇੱਧਰ ਪ੍ਰਿੰਟਰ ਚਲਾਇਆ ਹੋਇਆ ਮੈਂ, ਅਤੇ ਵੈਸੇ ਤਾਂ ਵੇਟ ਕਰਦਾ ਪਿਆ ਸੀ ਮੈਂ ਵਾਈਟ ਫਿਲਾਮੈਂਟ ਦੀ, ਵਾਈਟ ਫਿਲਾਮੈਂਟ ਆਊਗਾ ਫਿਰ 8-11 ਰੈਡੀ ਕਰਨਾ, ਕਿਉਂਕਿ 8-11 ਦੀ ਵੀ ਗੱਲ ਚੱਲਣ ਦੀ ਹੈ, ਠੀਕ ਹੈ, ਇੱਕ ਦੋ ਜਣਿਆਂ ਨਾਲ, ਅਤੇ ਉਹ ਵੀ ਫੋਟੋਆਂ ਮੰਗਣ ਲੈਣੇ, ਅਤੇ ਟਰੈਕਟਰ ਹਜੇ ਰੈਡੀ ਹੈ ਨਹੀਂ ਗਾ। ਅਤੇ ਇਸ ਕਰਕੇ ਨਾ ਮੈਂ ਇਹਦੇ ਰਿਮ ਡਿਜ਼ਾਇਨ ਕੀਤੇ ਨੇ ਨਵੇਂ, ਅਤੇ ਉਹ ਦੇਖੋ, ਅਤੇ ਬਲੈਕ ਫਿਲਾਮੈਂਟ ਨਾਲ ਪ੍ਰਿੰਟ ਕਰਨੇ ਲਾ ਤੇ ਮੈਂ ਇੱਕ ਵਾਰੀ, ਮੈਂ ਕਿਹਾ ਬਲੈਕ 'ਚ ਵੀ ਲੁੱਕ ਸੋਹਣੀ ਆਊਗੀ, ਅਤੇ ਇੱਕ ਵਾਰੀ ਬਲੈਕ ਨਾਲ ਹੀ ਪ੍ਰਿੰਟ ਕਰ ਲੈਂਦੇ ਆਪਾਂ। ਅਤੇ ਉਸ ਤੋਂ ਇਲਾਵਾ 8-11 ਨੂੰ ਆਹ ਟਾਇਰ ਨਹੀਂ ਪਾ ਸਕਦੇ, ਆਹ ਟਾਇਰ ਵੇਖੋ ਖਰਾਬ ਹੋ ਗਏ ਨੇ, ਆਹ ਟਾਇਰ ਆਪਾਂ ਆਪਣੇ ਆਹ ਟੈਸਟਿੰਗ ਵਾਲੇ ਟਰੈਕਟਰ 'ਤੇ ਰੱਖਾਂਗੇ। ਆਹ ਜਿਹੜੇ ਟਾਇਰ ਨੇ ਜਿਹੜੇ ਆਪਾਂ 8-11 ਲਈ ਪ੍ਰਿੰਟ ਕੀਤੇ ਸੀ, ਇਹ ਆਪਾਂ 8-11 ਨੂੰ ਪਾ ਦਾਂਗੇ, ਠੀਕ ਹੈ। ਰਿਮ ਤਿਆਰ ਹੋ ਜਾਂਦੇ ਆ, ਅਤੇ ਇਹਦਾ ਸਟੀਅਰਿੰਗ ਸਿਸਟਮ ਰੈਡੀ ਕਰਕੇ, ਠੀਕ ਹੈ, ਅਤੇ 8-11 ਰੈਡੀ ਕਰਦੇ ਹਾਂ ਆਪਾਂ। ਕੱਲ੍ਹ ਤੱਕ ਇਹਨੂੰ ਕੰਪਲੀਟ ਕਰਦਾ ਹਾਂ ਮੈਂ ਰੈਡੀ, ਬੰਪਰ ਬੁੰਪਰ ਇਹਦਾ ਸਾਰਾ ਕੁਛ ਲਾ ਕੇ ਇਹਨੂੰ ਕਰਦੇ ਹਾਂ ਫਿਕਸ, ਠੀਕ ਹੈ। ਲਓ ਵੀ ਮੁੰਡਿਓ, ਆਪਣਾ ਸਵਰਾਜ ਆ ਗਿਆ ਮੈਦਾਨ 'ਚ, ਅਤੇ ਅੰਦਰ ਵੇਖਣ 'ਚ ਜਿੰਨਾ ਲੱਗਦਾ ਨਾ ਵੀ ਲੁੱਕ ਇੰਨੀ ਵਧੀਆ ਨਹੀਂ ਗੀ, ਇੱਥੇ ਬਾਹਰ ਚਲਾਉਂਦੇ ਹਾਂ ਨਾ, ਅਤੇ ਟਰੈਕਟਰ ਦੀ ਲੁੱਕ ਕਾਫੀ ਸਹੀ ਲੱਗਣ ਦੀ ਵੇਖਣ 'ਚ। ਪਰ ਮੇਨ ਗੇਅਰ ਬੋਕਸ ਵਾਲੀ ਪ੍ਰੋਬਲਮ ਹੈ, ਉਹ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਮੈਨੂੰ ਲੱਗਣ ਗਿਆ ਕਿ ਗੇਅਰ ਬੋਕਸ ਥੋੜ੍ਹਾ ਜਿਹਾ ਕਮਜ਼ੋਰ ਹੈ ਇਹਦਾ। ਠੀਕ ਹੈ, ਵੈਸੇ ਮਾੜਾ ਨਹੀਂ ਗਾ, ਪਰ ਇਹਨਾਂ ਵੀ ਚਲੋ ਸਪੀਡ ਸਲੋਅ ਹੀ ਹੋਊਗੀ ਗੇਅਰ ਬੋਕਸ ਦੀ, ਪਰ ਪਾਵਰ ਹੋਣੀ ਚਾਹੀਦੀ ਹੈ।
ਪਾਵਰ ਵਗੈਰਾ ਹਜੇ ਚੈੱਕ ਕੀਤੀ ਨਹੀਂ। ਇੱਕ ਤਾਂ ਸਟੇਅਰਿੰਗ ਇਹਦਾ ਆਟੋ ਸਿਸਟਮ 'ਤੇ ਚੱਲਦਾ, ਆਟੋਮੈਟਿਕ ਸਟੇਅਰਿੰਗ ਇਹਦਾ, ਹਜੇ ਮੋਟਰ ਵਗੈਰਾ ਲੱਗੀ ਨਹੀਂ ਇਹਦੇ 'ਚ, ਟਾਈਮ ਲੱਗੂਗਾ ਮੋਟਰ 'ਚ ਇਹਦਾ। ਲੱਗ ਗਿਆ ਥੱਲੇ, ਇੱਡੇ ਖੱਡੇ 'ਚੋਂ ਤਾਂ ਨਿਕਲਣਾ ਔਖਾ ਹੀ ਹੈ, ਅਤੇ ਸਟੇਅਰਿੰਗ ਅੜ ਜਾਂਦਾ। ਟ੍ਰੇਟਰ 'ਚ ਵੇਟ ਹੈ ਨਹੀਂ ਨਾ, ਰਿਵਰਸ 'ਤੇ ਨਹੀਂ ਚੜ੍ਹਦਾ ਕਦੇ ਵੀ। ਰਿਵਰਸ ਛੱਡੋ, ਇਹ ਸਿੱਧਾ ਵੀ ਨਹੀਂ ਚੜ੍ਹਦਾ, ਜਿੱਥੋਂ ਤੱਕ ਮੇਰਾ ਆਈਡੀਆ। ਜਿਵੇਂ ਕਿ ਆਪਾਂ ਨੂੰ ਵੱਡੇ ਅਪਡੇਟ ਕਰਨੇ ਪੈਣੇ ਨੇ ਤਕੜੇ ਤਕੜੇ। ਆਟੋਮੈਟਿਕ ਹੈ, ਰਹਿਣ ਤਾਂ ਰਹਿਣ, ਜਿੱਧਰ ਨੂੰ ਮਰਜ਼ੀ ਹੁੰਦੀ ਉੱਧਰ ਨਹੀਂ ਜਾਣਾ ਚੱਬਰ। ਪਹਿਲਾਂ ਮੈਨੂੰ ਲੱਗਦਾ ਇਹ ਟ੍ਰੇਟਰ ਦੀ ਨਾ ਲੁੱਕ ਵਧੀਆ ਨਹੀਂ ਗੀ, ਵੀ ਜਿਵੇਂ ਸ਼ੋਅ ਬਾਹਲੀ ਵੱਡੀ ਹੈ, ਪਰ ਹੁਣ ਮੈਨੂੰ ਲੱਗਦਾ ਕਿ ਠੀਕ ਹੈ, ਸਰ ਸਕਦਾ। ਬਸ ਮੇਨ ਗੇਅਰ ਬੋਕਸ ਹੈ, ਗੇਅਰ ਬੋਕਸ ਦੀ ਸੈਟਿੰਗ ਕਰ ਲਈ ਹੈ, ਥੋੜ੍ਹੀ ਜਿਹੀ ਯੂ ਪਾਈਪ ਦੀ ਸੈਟਿੰਗ ਹੋ ਜਾਏ ਕਿ ਕਿੱਦਾਂ ਲੱਗਣੀ ਯੂ ਪਾਈਪ, ਅਤੇ ਬਾਕੀ ਓਵਰਆਲ ਠੀਕ ਹੈ। ਜਿਹੜੀਆਂ ਸ਼ਾਫਟਾਂ ਦੇ ਵਿੱਚ ਪਲੇ ਹੈ ਉਹ ਮੈਂ ਵੈਸੇ ਤਾਂ ਚੇਂਜ ਕਰਤੀ ਸੀਗੀ, ਜਿਹੜੀ ਆਪਾਂ ਸਵੇਰੇ ਗੱਲ ਕਰਨ ਦਿਆ ਸੀਗੇ ਇਹਦੇ 'ਚ ਪਲੇ ਸੀ ਸ਼ਾਫਟਾਂ 'ਚ, ਉਹਦੀ ਮੈਂ ਸੈਟਿੰਗ ਤਾਂ ਕਰਤੀ ਸੀਗੀ, ਹੁਣ ਮੌਕੇ 'ਤੇ ਨਹੀਂ ਪਲੇ ਹੈ ਨਹੀਂ ਗੀ, ਚੱਲਣ ਨੂੰ ਬਿਲਕੁਲ ਸਹੀ ਚੱਲਾਂ ਮੇਰਾ ਟ੍ਰੇਟਰ। ਬਾਕੀ ਚਲੋ ਉਹਦਾ ਵੀ ਹੱਲ ਕਰਾਂਗੇ ਆਪਾਂ ਆਉਣ ਵਾਲੇ ਟਾਈਮ 'ਚ ਅੱਗੇ, ਅਤੇ ਹੁਣ ਥੋੜ੍ਹਾ ਜਿਹਾ ਆਪਾਂ ਲੋਡ ਪਾ ਕੇ ਵੇਖ ਲੈਂਦੇ ਹਾਂ, ਮਗਰ ਇਹਦੇ ਟਰਾਲੀ ਪਾ ਲੈਂਦੇ ਹਾਂ, ਟਰਾਲੀ ਤਾਂ ਨਹੀਂ ਟਰਾਲਾ ਹੀ ਹੈ ਵੈਸੇ ਤਾਂ, ਅਤੇ ਹੁਣ ਦੂਜੀ ਲਿਆਉਣੀ ਪਊਗੀ ਲਾਲ ਟਰਾਲੀ ਅੰਦਰੋਂ, ਅਤੇ ਇਸ ਕਰਕੇ ਨਾ ਆਪਾਂ ਹੀ ਚਲਾ ਲੈਂਦੇ ਹਾਂ, ਜਿਹੜੀ ਕਿ ਇੰਨੀ ਭਾਰੀ ਹੈ ਕਿ ਖਾਲੀ ਨੂੰ ਖਿੱਚਣਾ ਔਖਾ ਹੈ ਇਹਨਾਂ ਵਾਸਤੇ। ਚਲੋ ਕੋਈ ਨਹੀਂ, ਫਿਲਾਮੈਂਟ ਨਹੀਂ ਆਉਂਦਾ, ਵਾਈਟ ਫਿਲਾਮੈਂਟ ਆਇਆ ਹੁੰਦਾ ਨਾ, ਅਤੇ ਆਪਾਂ ਇਹਨਾਂ ਦੀ ਕੈਟੇਗਰੀ ਦੀ ਜਿਹੜੀ ਟਰਾਲੀ ਹੈ, ਵੀ ਇਸ ਟਰੈਕਟਰ ਦੀ ਕੈਟੇਗਰੀ ਦੀ ਟਰਾਲੀ ਆਪਾਂ ਪ੍ਰਿੰਟ ਕਰ ਲੈਣੀ ਸੀ। ਹੁਣ ਇੱਧਰ ਟਰਾਲੀ ਦੇਖੋ ਅਤੇ ਅੱਗੇ ਟਰੈਕਟਰ ਦੇਖੋ, ਸਾਈਜ਼ ਕਿੰਨਾ ਫਰਕ ਹੈ। ਖਿੱਚਦਾ ਤਾਂ ਨਹੀਂ ਜਿੱਥੋਂ ਤੱਕ ਮੇਰਾ ਆਈਡੀਆ, ਖਾਲੀ ਵੀ ਨਹੀਂ ਖਿੱਚਦਾ, ਬਾਕੀ ਚਲੋ ਲੱਗ ਜੂ ਪਤਾ। ਕੁਛ ਰਹਿੰਦੀ ਖੁੰਦੀ ਤਾਂ ਸਾਰਾ ਵੱਟੇ ਨੇ ਕੱਢਤੀ, ਜਿਹੜਾ ਟਾਇਰ ਅੱਗੇ ਆ ਗਿਆ। ਵੱਟਾ ਨਾ ਆਉਂਦਾ ਫਿਰ ਤਾਂ ਭਾਵੇਂ ਲੈ ਵੀ ਜਾਂਦਾ। ਚਲੋ ਹੁਣ ਦੇਖ ਲੈਂਦੇ ਹਾਂ, ਤੁਰਿਆ ਆਇਓ ਥੋੜ੍ਹਾ ਜਿਹਾ, ਹੈਗਾ ਲੈਗਾ ਲੈਗਾ, ਹਜੇ ਨਾ ਗੇਅਰ ਬੋਕਸ ਹੋਣਾ ਹੈ ਅਪਗ੍ਰੇਡ, ਪਰ ਤਾਂ ਵੀ ਠੀਕ ਹੈ ਝੋਟਾ। ਓਵਰਆਲ ਜੇ ਦੇਖੀਏ ਸਿਸਟਮ ਸਹੀ ਹੈ, ਉੱਥੇ ਆ ਕੇ ਫਿਰ ਫਸ ਗਿਆ। ਬਾਕੀ ਮੇਨ ਜਿਹੜੀ ਸਾਨੂੰ ਵੱਡੀ ਪ੍ਰੋਬਲਮ ਗੇਅਰ ਬੋਕਸ ਦੀ ਹੋਈ ਆ, ਉਹ ਆਪਾਂ ਚੇਂਜ ਕਰਨਾ ਜਾਂਦਾ, ਠੀਕ ਹੈ। ਗੇਅਰ ਬੋਕਸ ਵਾਲੀ ਕੋਈ ਟੈਨਸ਼ਨ ਨਹੀਂ ਗੀ ਕਿ ਟ੍ਰੇਟਰ ਦਬਨ ਦਿਆ, ਉਹਦਾ ਆਪਾਂ ਹੱਲ ਕਰਨਾ ਹੀ ਹੈ, ਇਹ ਤਾਂ ਬਸ ਆਪਾਂ ਟੈਸਟਿੰਗ ਹੀ ਕਰਨਾ ਸੀ, ਪਲੇ ਵਗੈਰਾ ਅਤੇ ਟ੍ਰੇਟਰ ਵੇਖਣ 'ਚ ਕਿੱਦਾਂ ਦਾ ਲੱਗਦਾ। ਕੁਛ ਬੈਟਰੀ ਵੀ ਡਾਊਨ ਲੱਗਣ ਦੀ ਮੈਨੂੰ, ਬੈਟਰੀ ਵੀ ਡਾਊਨ ਹੈ। ਚਲੋ ਕੋਈ ਨਹੀਂ, ਕਰਦੇ ਇਹਦਾ ਹੱਲ, ਅੱਜ ਦੇਖ ਲਓ ਤੁਸੀਂ ਟ੍ਰੇਟਰ ਦੇ ਹਾਲਾਤ ਆਣੇ ਤੁਹਾਡੇ ਸਾਹਮਣੇ ਆ, ਠੀਕ ਹੈ। ਆਹ ਹੀ ਟ੍ਰੇਟਰ ਹੈ, ਅਤੇ ਉਹ ਵੀ ਮਗਰ ਟਰਾਲਾ ਹੈ, ਅਤੇ ਇੱਥੋਂ ਚੜ੍ਹਨ ਨਹੀਂ ਦਾ ਟ੍ਰੇਟਰ।
ਕੋਸ਼ਿਸ਼ ਕਰਾਂਗਾ ਕਿ ਕੱਲ੍ਹ ਨਾ ਤੁਹਾਨੂੰ ਇਹਦਾ ਅਪਗ੍ਰੇਡ ਕੀਤਾ ਵਰਜਨ ਵਿਖਾ ਸਕਾਂ ਮੈਂ, ਠੀਕ ਹੈ। ਕੋਈ ਨਹੀਂ ਲਓ ਵੀ ਮੁੰਡਿਓ, ਰੀਲ ਕਰ ਲਈ ਆਪਾਂ ਸ਼ੂਟ। ਆ ਟਰੈਕਟਰ ਦੀ ਚੱਲਣ ਦੀ ਫੁੱਲ ਹੈਵੀ ਟੈਸਟਿੰਗ ਆ, ਬੈਂਟਰੀ ਬੂੰਟਰੀ ਚੈੱਕ ਕਰਨਾ ਇਹ, ਬੈਕਅਪ ਕਿੰਨਾ ਕੁ ਹੈ ਅਤੇ ਰੇਂਜ ਵੀ ਚੈੱਕ ਕਰਨਿਆ ਸੀ ਮੈਂ, ਇਹ ਰੇਂਜ ਕਿੰਨੀ ਕੁ ਹੈ ਟਰੈਕਟਰ ਦੀ। ਆ ਦੇਖੋ ਇੱਥੇ ਆ ਗਏ ਨਾ, ਝਟਕੇ ਮਾਰਨ ਲੱਗ ਪੈਂਦਾ ਟਰੈਕਟਰ, ਅਤੇ ਇੱਥੋਂ ਲਗਭਗ ਤੁਸੀਂ ਮੰਨ ਕੇ ਚੱਲੋ ਕਿ ਜ਼ਿਆਦਾ ਨਹੀਂ ਅਤੇ 12 ਕੁ ਫੁੱਟ ਹੈਗਾ ਟਰੈਕਟਰ ਆਰਾਮ ਨਾਲ, ਠੀਕ ਹੈ। ਆ ਦੇਖ ਲਓ, ਅਤੇ ਮੌਕੇ 'ਤੇ ਇਹਦਾ ਰੀਜ਼ਨ ਵੀ ਹੈ ਕਿ ਬੈਟਰੀ ਡਾਊਨ ਹੈ ਇਹਦੀ, ਅਤੇ 15 ਕੁ ਫੁੱਟ ਤੱਕ ਵਧੀਆ ਰੇਂਜ ਹੈਗੀ ਟਰੈਕਟਰ ਦੀ, ਕੋਈ ਇਸ਼ੂ ਨਹੀਂ ਗਾ ਨੈੱਟਵਰਕ 'ਚ, ਠੀਕ ਹੈ। ਬਾਕੀ ਬੈਕਅਪ ਵੀ ਠੀਕ ਹੈ, ਬੈਟਰੀ ਨਾ ਮੈਨੂੰ ਲੱਗਦਾ ਨਾਲ ਦੀ ਹੋਈ ਹੈ, ਅਤੇ ਚਾਰਜ ਲਾਈ ਕੌਣ ਨਹੀਂ ਜੀ, ਜਦੋਂ ਦੀ ਆਈ ਹੈ ਨਾ ਬੈਟਰੀ ਚਾਰਜ ਨਹੀਂ ਲਾਈ ਤਾਂ ਟਰੈਕਟਰ ਥੋੜ੍ਹਾ ਪਾਵਰ ਘੱਟ ਮਾਰਨ ਲਿਆ। ਬਾਕੀ ਚਲੋ ਕੋਈ ਨਹੀਂ, ਆਪਾਂ ਗੇਅਰ ਬੋਕਸ 'ਤੇ ਕਰਨਾ ਹੀ ਹੈ ਅਪਗ੍ਰੇਡ, ਉਹ ਤਾਂ ਕਨਫਰਮ ਹੈ, ਠੀਕ ਹੈ, ਉਹ ਤਾਂ ਕਨਫਰਮ ਹੋ ਗਿਆ। ਹੁਣ ਝਟਕੇ ਜੇ ਮਾਰਦੇ ਹਾਂ, ਰੇਂਜ ਕਰਕੇ ਨਹੀਂ ਮਾਰਦਾ ਕਿਉਂਕਿ ਹੁਣ ਤਾਂ ਰਿਮੋਟ ਬਿਲਕੁਲ ਲੱਗ ਗਿਆ, ਅਤੇ ਬੈਟਰੀ ਕਰਕੇ ਮਾਰਦਾ, ਬੈਟਰੀ ਡਾਊਨ ਹੈ ਇਹਦੀ। ਚਲੋ ਬਹੁਤ ਚਲਾ ਲਿਆ ਇਹਨੂੰ, ਟੈਸਟਿੰਗ ਵਾਲਾ ਟਰੈਕਟਰ ਇਹਦੀ, ਅਤੇ ਅੱਗੇ ਟੈਸਟਿੰਗ ਹੁੰਦੀ ਹੋਈ ਰਹਿਣੀ। ਚਲੋ ਨਾਲ ਆਪਾਂ ਚੱਲੀਏ ਅੰਦਰ, ਅਤੇ ਅੰਦਰ ਦਾ ਸਾਂਭੀਏ ਕੰਮ। ਲਓ ਵੀ ਮੁੰਡਿਓ, ਸੀਨ ਕੁਛ ਇੱਦਾਂ ਕਿ ਆਹ ਦੇਖੋ ਤੁਸੀਂ ਆਪਣਾ 9-11 ਸਵਰਾਜ 'ਤੇ ਕੰਮ ਇੱਕ ਵਾਰੀ ਰੋਕਤਾ ਸੀਗਾ, ਠੀਕ ਹੈ। ਇਹਦੀ ਯੂ ਪਾਈਪ ਮਿਊਜ਼ਿਕ ਸਿਸਟਮ ਇਹਦੇ 'ਤੇ ਨਾ ਸਵੇਰੇ ਕਰਦੇ ਹਾਂ ਕੰਟੀਨਿਊ, ਅਤੇ ਨਾਲੇ 1-2 ਐਕਸਪੈਰੀਮੈਂਟ ਵੀ ਆਪਾਂ ਕਰਨੇ ਨੇ, ਅਤੇ ਆਹ ਜਿਹੜੇ ਟਾਇਰ ਸੀਗੇ 9-11 ਦੇ ਸੀ, ਇਸ ਕਰਕੇ 9-11 ਨੂੰ ਵਾਪਸ ਪਾਤੇ ਨੇ। 9-11 ਦਾ ਜਿਹੜਾ ਸਟੇਅਰਿੰਗ ਸਿਸਟਮ ਹੋ ਗਿਆ ਜਮਾਂ ਓਕੇ, ਠੀਕ ਹੈ। ਇਸਦੇ ਜਿਹੜੇ ਵੀਲ ਨੇ ਉਹ ਵੀ ਨਵੇਂ ਪੈ ਗਏ ਨੇ, ਬੈਕ ਸਾਈਡ 'ਤੇ ਉਹ ਹੀ ਪੁਰਾਣੇ ਵੀਲ ਲੈਂਦੇ ਓਰੀਜਨਲ ਵਾਲੇ, ਅਤੇ ਸ਼ੋਅ ਜਿਹੜੀ ਆ ਮੌਕੇ 'ਤੇ ਇੰਨੀ ਫਿੱਟ ਹੋਈ ਹੈ, ਅਤੇ ਬੋਨਟ ਰਹਿ ਗਿਆ, ਲੈਟਾਂ ਅਤੇ ਸੈੱਡਾਂ ਵਾਲੀਆਂ ਗਰਿੱਲਾਂ ਜਿਹੜੀਆਂ ਇਹ ਰਹਿ ਗਈਆਂ ਨੇ, ਠੀਕ ਹੈ। ਬਾਕੀ ਟਰੈਕਟਰ ਆਪਣਾ ਆਲਮੋਸਟ ਰੇਡੀ ਹੈ, ਹੁੱਡ ਦਾ ਦੇਖਦੇ ਹਾਂ, ਹੁੱਡ ਆਪਾਂ ਨੂੰ ਇਹਦੇ ਵਾਸਤੇ ਪ੍ਰਿੰਟ ਹੀ ਕਰਨੀ ਪਊਗੀ, ਉਹ ਆਪਾਂ ਚਲੋ ਲਾ ਲਾਂਗੇ ਹਿਸਾਬ ਕਿਤਾਬ ਜੋ ਵੀ ਹੋਊਗਾ। ਬਾਕੀ ਬੰਪਰ ਦੀ ਫਿਟਿੰਗ ਹੋ ਗਈ ਹੈ ਜਮਾਂ ਓਕੇ ਆ, 1 ਨੰਬਰ, ਅਤੇ ਬਸ 1-2 ਦਿਨਾਂ 'ਚ ਟਰੈਕਟਰ ਹੋ ਜੂਗਾ ਰੇਡੀ, ਫਿਰ ਦੇਖਦੇ ਹਾਂ ਜੇ ਪਲੈਨ ਬਣਿਆ ਇਹਦੇ ਨਾਲ ਇੱਕ ਅੱਧੀ ਸ਼ੂਟ ਕਰ ਲਾਂਗੇ ਵੀਡੀਓ, ਠੀਕ ਹੈ। ਅਤੇ ਸਵਰਾਜ ਜਿਹੜਾ ਇਹਦੇ 'ਤੇ ਚੱਲਣ ਦਿਆ ਕੰਮ, ਆਪਾਂ ਆਰਾਮਦਾਰੀ ਨਾਲ ਕਰਾਂਗੇ ਕੰਮ, ਕੋਈ ਚੱਕਰ ਨਹੀਂ ਗਾ, ਠੀਕ ਹੈ। ਪੂਰਾ ਤਸੱਲੀ ਨਾਲ, ਭਾਵੇਂ 1 ਹਫ਼ਤਾ ਲੱਗ ਜੇ ਪਰ ਟਰੈਕਟਰ ਪੂਰਾ ਰੇਡੀ ਕਰਕੇ ਤਸੱਲੀ ਨਾਲ ਫਿਰ ਹੀ ਸੇਲ ਵਾਸਤੇ ਲਾਂਚ ਕਰਾਂਗੇ ਆਪਾਂ, ਠੀਕ ਹੈ। ਅਤੇ ਉਸ ਦੇ ਨਾਲ ਇਸ ਟਰੈਕਟਰ ਜਿਹੜਾ ਉਹ ਅੱਜ ਫਿਰ ਨਹੀਂ ਕੱਢਿਆ ਡੱਬੇ 'ਚੋਂ, ਅਤੇ ਸਵੇਰੇ ਨਾ ਉਹਨੂੰ ਕੱਢ ਕੇ ਅਤੇ ਫਿੱਟ ਕਰ ਦਿੰਦੇ ਹਾਂ, ਉਹਨੂੰ ਰੇਡੀ ਕਰ ਦਿੰਦੇ ਹਾਂ ਸਵੇਰੇ, ਉਹਦੇ ਬਾਰੇ ਸਾਰਾ ਕੁਝ ਸੋਚਿਆ ਹੋਇਆ ਮੈਂ, ਠੀਕ ਹੈ। ਸਵੇਰੇ ਕੱਢਾਂਗੇ ਉਹਨੂੰ ਡੱਬਿਆਂ 'ਚੋਂ, ਅਤੇ ਆਹ ਡੱਬੇ ਇੱਦਾਂ ਹੀ ਪਏ ਹੋਏ ਨੇ ਅਜੇ, ਤੁਸੀਂ ਲਾ ਲਓ ਹਿਸਾਬ ਕਿ ਆਹ ਦੇਖੋ 9-11 ਦੇ ਪਾਰਟਸ ਨੇ, ਇਹਨਾਂ ਨੂੰ 1-1 ਲੇਅਰ ਪੇਂਟ ਦੀ ਹੋਈ ਹੈ, ਉਦੋਂ ਬਾਅਦ ਨਾ ਦੂਜੀ ਲੇਅਰ ਪੇਂਟ ਦੀ ਮਾਰਨ ਦਾ ਟਾਈਮ ਵੀ ਨਹੀਂ ਲੱਗਾ। ਅਤੇ ਚਲੋ ਕੋਈ ਨਹੀਂ, ਕੱਲ੍ਹ ਦਾ ਦਿਨ ਰਹਿ ਗਿਆ, ਕੱਲ੍ਹ ਜਾਂ ਪਰਸੋਂ 2 ਦਿਨਾਂ 'ਚ ਮਟਰਾਂ ਵਾਲਾ ਕੰਮ ਹੋਜੂ ਡਨ, ਅਤੇ ਫਿਰ ਆਪਾਂ ਇੱਧਰ ਹੀ ਕੰਮ ਕਰਨਾ, ਠੀਕ ਹੈ। ਅਤੇ ਚਲੋ ਫਿਰ ਕਰੀਏ ਸਾਰਾ ਕੁਝ ਬੰਦ, ਅਤੇ ਵਲੌਗ ਆ ਇੱਥੋਂ ਤੱਕ ਹੀ ਹੈ, ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ, ਜਿਹੜੇ ਵੀ ਚੈਨਲ 'ਤੇ ਨਵੇਂ ਨੇ ਸਬਸਕ੍ਰਾਈਬ ਕਰ ਲਿਓ। ਅਤੇ ਫਿਲਾਮੈਂਟ ਆਪਣਾ ਹਜੇ ਨਾ ਪਹੁੰਚਿਆ ਨੀਗਾ, ਮੈਂ ਕੀਤਾ ਮੈਸੇਜ ਜਿਹਦੇ ਤੋਂ ਫਿਲਾਮੈਂਟ ਬਾਏ ਕੀਤਾ ਆਪਾਂ, ਉਹ ਕਹਿੰਦਾ ਚਲੋ ਮੈਂ ਪਤਾ ਕਰਕੇ ਦੱਸਦਾ, ਬਾਕੀ ਫਿਲਾਮੈਂਟ ਆ ਜਾਂਦਾ ਫਿਰ ਆਪਾਂ ਤਿਆਰ ਕਰਦੇ ਹਾਂ ਟਰਾਲੀਆਂ ਵੀ, ਠੀਕ ਹੈ। ਚਲੋ ਮਿਲਦੇ ਹਾਂ ਫਿਰ ਸਵੇਰੇ, ਓਕੇ ਬਾਏ, ਟਾਟਾ।